ਬੋਲਿਓ ਨਾ ਅੱਜ ਅਸੀਂ ਪਿੰਡ ਮਿਓਵਾਲ ਦੇ ਕੋਲ ਪਹੁੰਚੇ ਆ ਇੱਥੇ ਰੋਡ ਪੂਰਾ ਜਾਮ ਹੋ ਚੁੱਕਾ ਹੈ ਸਵੇਰ ਦਾ ਬੰਨ ਟੁੱਟਾ ਸੀ ਜਿਹਦੇ ਕਾਰਨ ਇਸੇ ਪਿੰਡ ਦੇ ਉੱਤੇ ਤੇ ਵਗਦੀ ਰੋਡ ਦੇ ਉੱਤੇ ਪਾਣੀ ਹੈ ਇਸ ਟਾਈਮ ਪੂਰਾ ਭਰਿਆ ਤੁਸੀਂ ਇੱਥੇ ਦਾ ਮੌਕੇ ਦਾ ਤੁਸੀਂ ਆਲੇ ਆਲੇ ਦਿਵਾਲੇ ਕੈਮਰਾਮੈਨ ਨੂੰ ਮੈਂ ਕਹਾਂਗਾ ਕਿ ਇੱਥੇ ਉਹ ਜਿਹੜੀ ਲੋਕਾਂ ਦੀ ਪਰੇਸ਼ਾਨੀਆਂ ਫਸਲਾਂ ਤੁਸੀਂ ਦੇਖ ਸਕਦੇ ਆ ਪੂਰੀ ਪੂਰੀ ਖਤਮ ਹੋ ਚੁੱਕੀ ਹੈ ਪਾਣੀ ਨਾਲ ਲੱਗੇ ਛਾਗੇ ਕਈ ਪਿੰਡਾਂ ਨੂੰ ਨੁਕਸਾਨ ਪਹੁੰਚਿਆ ਤੇ ਇੱਥੋਂ ਨਾਲ ਆਪ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆਂ ਭਾਜੀ ਕੀ ਨਾਂ ਤੁਹਾਡਾ ਮੇਰਾ ਨਾਂ ਕਮਲਜੋਤ ਸਿੰਘ ਆ ਜੀ ਇਹ ਭਾਜੀ ਕਦੋਂ ਦਾ ਪਾਣੀ ਆਇਆ ਇੱਥੇ ਇਹ ਭਾਜੀ ਅੱਜ ਜਿੱਦਾਂ ਰਾਤੀ ਕਹਿੰਦੇ ਆ ਕਿ ਪਾਣੀ ਜੋ ਜ਼ਿਆਦਾ ਹੈ ਨਾ ਇੱਥੋਂ ਬੰਨ ਟੁੱਟ ਗਿਆ ਜੀ ਪਹਿਲਾਂ ਤਾਂ ਪਿੰਡ ਤੋਂ ਜੀ ਉਹ ਫੇਰ ਬੰਨ ਟੁੱਟਣ ਦੇ ਨਾਲ ਜਿਹੜਾ ਪਾਣੀ ਸਾਰਾ ਇਧਰ ਖੇਤਾ ਵੱਲ ਆ ਗਿਆ ਖੇਤਾ 'ਚੋਂ ਆ ਕੇ ਦਾ ਫੇਰ ਦੋ ਤਿੰਨ ਜਗ੍ਹਾ ਤੋਂ ਬੰਨ ਹੋਰ ਟੁੱਟ ਕੇ ਅੱਗੇ ਪਿੰਡਾਂ 'ਚੋਂ ਉਹਦੇ ਨਾਲ ਪਾਣੀ ਦਾ ਵਹਾਅ ਜਿਹੜਾ ਜ਼ਿਆਦਾ ਹੋ ਗਿਆ ਜੀ ਇੱਥੇ ਤੇ ਜਿਹੜੇ ਇਹ ਤੁਹਾਡੇ ਲਾਗੇ ਛਾਗੇ ਕਿੰਨਿਆਂ ਕੋ ਲੋਕਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਇੱਥੇ ਬਹੁਤ ਜ਼ਿਆਦਾ ਸਾਰੇ ਉਹ ਤੋਂ ਫਲੋਰ ਤੋਂ ਗੰਨੇ ਪਿੰਡ ਤੋਂ ਲੈ ਕੇ ਤਾਲਵੰਣ ਅੱਗੇ ਪਿੰਡ ਪੈਂਦਾ ਆ ਉਹ ਸਾਰੇ ਪਿੰਡ ਜਿੰਨੇ ਵੀ ਇੱਧਰ ਖੇਤੀ ਜਾਰੇ ਬੰਗੇ ਏਰੀਏ ਸੀਗੇ ਜੇ ਪਸ਼ੂਆਂ ਦੇ ਲੋਕਾਂ ਦੇ ਖੂ ਡੇਰੇ ਸੀ ਰਹਿੰਦੇ ਲੋਕੀ ਸਾਰੇ ਬਲਾਕ ਹੋ ਗਿਆ ਸਾਰਾ ਪਾਣੀ ਭਰ ਚੁੱਕਾ ਆ ਆ ਰੋਡ ਦੇ ਉੱਪਰ ਤੁਹਾਡੇ ਸਾਹਮਣੇ ਆ ਜੀ ਹੁਣ ਅਸੀਂ ਭੈਣੀ ਤੋਂ ਵੀ ਉੱਥੋਂ ਮੋਹ ਸਾਹਿਬ ਤੋਂ ਹੋ ਕੇ ਆਏ ਆ ਸਾਰੇ ਪਾਣੀ ਆ ਭਰਿਆ ਪਿਆ ਜੀ ਤੇ ਪ੍ਰਸ਼ਾਸਨ ਦਾ ਕੋਈ ਅਮਲ ਇੱਥੇ ਹੁਣ ਤੱਕ ਪਹੁੰਚਿਆ ਨਹੀਂ ਦੇਖੋ ਜੇ ਮਦਦ ਤਾਂ ਨਹੀਂ ਪੈਸੇ ਐ ਐਨ ਡੀ ਆਰ ਐਫ ਦੀ ਟੀਮ ਜਿਹੜੀ ਆਈ ਹੈ ਜੀ ਉਹਨਾਂ ਦਾ ਥੋੜਾ ਸਹਿਯੋਗ ਹੋਇਆ ਇੱਥੇ ਜਿਹੜੇ ਆਪਣੇ ਸਿਗੇ ਵਿੱਚ ਲੋਕੀ ਰਹਿੰਦੇ ਫਸੇ ਹੋਏ ਲੋਕਾਂ ਨੂੰ ਉਹਨਾਂ ਨੇ ਕੱਢਿਆ ਤੇ ਬਾਕੀ ਬਾ ਤੁਹਾਡੇ ਸਾਹਮਣੇ ਆ ਜੀ ਤੁਸੀਂ ਦੇਖ ਸਕਦੇ ਆ ਜੀ ਤੇ ਐਨ ਡੀ ਆਰ ਐਫ ਨੇ ਜਿਹੜੇ ਇੱਥੇ ਆਪਣਾ ਆਪਰੇਸ਼ਨ ਕੀਤਾ ਤੇ ਹੁਣ ਤੱਕ ਕੀ ਕੋਈ ਅੰਦਰ ਕੋਈ ਘਰ ਦੇ ਵਿੱਚ ਕੋਈ ਜਾਂ ਖੂਤੇ ਜਾਂ ਕਿਸੀ ਮੋਟਰ ਕੋਈ ਹੁਣ ਬੰਦਾ ਕੋਈ ਉੱਥੇ ਹੈ ਤਾਂ ਨਹੀਂ ਨਹੀਂ ਹੁਣ ਹੈ ਨਹੀਂ ਜੋ ਰਾਤੀ ਪਹਿਲਾਂ ਹੀ ਲੋਕਾਂ ਨੇ ਜਿੱਦ ਜਾਗਰੂਕ ਹੋ ਗਏ ਸੀਗੇ ਉਹ ਪਹਿਲਾਂ ਹੀ ਰਾਤ ਦੇ ਟਾਈਮ ਉਹਨਾਂ ਨੂੰ ਪਤਾ ਲੱਗਾ ਕਿ ਪਾਣੀ ਪਿੱਛੇ ਛੱਡਿਆ ਹੋਇਆ ਹੈ ਅੱਗੇ ਬੰਨ ਟੁੱਟਣ ਵਾਲੇ ਹੈ ਪਾਣੀ ਜਿੱਦਾਂ ਕੱਲ ਸ਼ਾਮ ਦੇ ਟਾਈਮ ਤੱਕ ਦਰਿਆ ਤੇ ਪਾਣੀ ਦਾ ਪਤਾ ਲੱਗਦਾ ਸੀ ਤੇ ਫਿਰ ਉਹਨਾਂ ਨੇ ਇੱਥੇ ਪਹਿਲਾਂ ਹੀ ਆਪਣਾ ਰਾਤੀ ਪ੍ਰਬੰਧ ਕਰ ਲਿਆ ਕੋਸ਼ਿਸ਼ ਦਾ ਪਸ਼ੂ ਲੋਕ ਬਾਰੇ ਲੋਕਾਂ ਦੀ ਦਾ ਡੰਗਰ ਖੂਤੇ ਸੀਗੇ ਉਹ ਪਹਿਲਾਂ ਰਾਤ ਨੂੰ ਲੋਕਾਂ ਦੀ ਦਾ ਜਾਗਰੂਕ ਹੋ ਗਏ ਉਹਨਾਂ ਨੇ ਲੈ ਆਂਦੇ ਇੱਧਰ ਜੀ ਕੋਸ਼ ਸਵੇਰੇ ਲੈ ਕੇ ਆਏ ਆ ਇਹ ਜਿਹੜਾ ਪਾਣੀ ਸੜਕ ਤੇ ਆ ਕਿੰਨੇ ਕੁ ਇਹ ਇਥੋਂ ਜੀ ਆਪਣੇ ਗੰਨੇ ਪਿੰਡ ਤੱਕ ਹੈਗਾ ਜੀ ਅੱਗੇ ਜਿਆਦਾ ਹੀ ਹੈਗਾ ਯਾ 5-7 ਤੋਂ ਵੀ ਜ਼ਿਆਦਾ 10 ਕਿਲੋਮੀਟਰ ਦਾ ਏਰੀਆ ਪੂਰਾ ਹੀ ਹੈਗਾ ਪਾਣੀ ਦੇ ਨਾਲ ਹੀ ਹੈ ਜੀ ਕਹਿਣ ਮਰਵੇ ਰੋਡ ਬਿਲਕੁਲ ਹੁਣ ਜਾਮ ਹੋ ਚੁੱਕੀ ਹੈ ਹਾਂ ਜੀ ਪੂਰੀ ਜਾਮ ਹੋ ਚੁੱਕੀ ਹੈ ਜੀ ਇਹ ਰੋਡ ਤੁਹਾਡੇ ਸਾਹਮਣੇ ਹੈ ਪਤਾ ਨਹੀਂ ਵੀ ਬਲੌਕ ਕਿੰਨਾ ਟਾਈਮ ਲੱਗੂਗਾ ਇਹਨੂੰ ਕਿੰਨਾ ਨਹੀਂ ਲੱਗੂਗਾ ਜੀ ਜਿਵੇਂ ਕਿ ਅਸੀਂ ਤੁਹਾਨੂੰ ਇੱਥੇ ਦਾ ਮਾਹੌਲ ਦਿਖਾਇਆ ਕਾਫੀ ਲੋਕਾਂ ਨੂੰ ਨੁਕਸਾਨ ਹੋ ਚੁੱਕਾ ਹੈ ਪ੍ਰਸ਼ਾਸਨ ਦਾ ਅਮਲਾ ਵੀ ਪਹੁੰਚਿਆ ਸੀ ਪਰ ਪ੍ਰਸ਼ਾਸਨ ਵੱਲੋਂ ਐਨਡੀਆਰਫ ਦੀਆਂ ਟੀਮਾਂ ਭੇਜੀਆਂ ਗਈਆਂ ਜਿਹੜੇ ਲੋਕ ਅੰਦਰ ਸੀਗੇ ਉਹਨਾਂ ਨੂੰ ਸੁਰੱਖ ਤੇ ਜਿਹੜੇ ਕਿਸੇ ਡੰਗਰ ਪਸ਼ੂ ਸੀਗੇ ਉਹ ਵੀ ਇਥੋਂ ਸੁਰੱਖਿਸ਼ ਜਗ੍ਹਾ ਤੇ ਲੈ ਗਏ ਆ ਤੇ ਅਸੀਂ ਇਹਨਾਂ ਨੂੰ ਹੋਰ ਵੀ ਲਾਗੇ ਛਾਗੇ ਦौरा ਕਰਕੇ ਤੁਹਾਨੂੰ ਇੱਥੇ ਦੀ ਜਾਣਕਾਰੀ ਦਿੰਨੇ ਆ ਕੈਮਰਾਮੈਨ 사ਜਨ ਨਾਲ ਗੁਰਦੇਵ ਸਿੰਘ ਬਾਟੀਆ ਪੰਜਾਬ ਲਾਈਵ ਟੀਵੀ